ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁੱਲ੍ਹ ਕੇ ਕੈਪਟਨ ਦੇ ਫੈਸਲੇ ਦੀ ਮੁਖਾਲਫਤ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਕੈਪਟਨ ਦੇ ਇਸ ਫੈਸਲੇ ਨਾਲ ਦੁੱਖ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਖੁੱਲ੍ਹ ਕੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਕੈਪਟਨ ਨੂੰ ਜ਼ਲੀਲ ਕਰਕੇ ਕੱਢਿਆ ਸੀ ਤਾਂ ਉਸ ਸਮੇਂ ਉਹ ਕਾਂਗਰਸ ਹੀ ਸੀ ਜਿਸ ਨੇ ਉਹਨਾਂ ਦਾ ਹੱਥ ਫੜਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੌਕਾ ਪ੍ਰਸਤ ਆਗੂ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਢੇ 4 ਸਾਲਾਂ ਵਿੱਚ ਕੈਪਟਨ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ, ਜਦਕਿ ਹੁਣ ਕੁਝ ਦਿਨਾਂ ਵਿੱਚ ਹੀ 3 ਵਾਰ ਜਾ ਕੇ ਮਿਲ ਆਏ ਨੇ। ਉਹਨਾਂ ਕਿਹਾ ਕਿ ਅੱਜ ਕੈਪਟਨ ਪੰਜਾਬ ਨੂੰ ਗੁਆਂਢੀ ਦੇਸ਼ ਤੋਂ ਖਤਰਾ ਦੱਸ ਰਹੇ ਨੇ, ਪਰ ਉਹ ਪਹਿਲਾਂ ਇਹ ਦੱਸਣ ਕਿ ਸਾਢੇ 4 ਸਾਲ ਤੱਕ ਪੰਜਾਬ ਵਿੱਚ ਟਿਫਨ ਬੰਬ ਕਿਵੇਂ ਆ ਗਏ। ਕੈਪਟਨ ਕਿਉਂ ਪੰਜਾਬ ਵਿੱਚ ਨਸ਼ਾ ਨਹੀਂ ਰੋਕ ਸਕੇ, ਹਥਿਆਰ ਨਹੀਂ ਰੋਕ ਸਕੇ। ਉਹਨਾਂ ਕਿਹਾ ਕਿ ਪੰਜਾਬ ਨੂੰ ਪਾਕਿਸਤਾਨ ਜਾਂ ਚੀਨ ਤੋਂ ਖਤਰਾ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਜ਼ਰੂਰ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਕੇਂਦਰ ਸਰਕਾਰ ਨੇ ਪੰਜਾਬ ਵਿੱਚ BSF ਦਾ ਦਾਇਰਾ ਵਧਾਇਆ ਹੈ। ਕੈਪਟਨ ਪਹਿਲਾਂ ਇਹ ਦੱਸਣਗੇ ਉਸ ਸਮੇਂ ਪੰਜਾਬ ਨੂੰ ਖਤਰਾ ਨਹੀਂ ਸੀ ਜਦੋਂ ਉਹਨਾਂ 4.5 ਸਾਲ ਆਪਣੇ ਕੋਲ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਰੱਖਿਆ ਸੀ। ਇਸ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਨੇ ਅਰੂਸਾ ਨੂੰ ਵੀਜ਼ਾ ਦਿੱਤਾ, ਪਰ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਅਰੂਸਾ ਵਾਪਸ ਚਲੀ ਗਈ। ਉਹਨਾਂ ਕਿਹਾ ਕਿ ਅਸੀਂ ਜਿਸ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਜ਼ਿੰਦਗੀ ਕੱਢ ਦਿੱਤੀ, ਉਸਨੇ ਅਖੀਰਲੇ ਦਿਨਾਂ ਵਿੱਚ ਜਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ। ਜਾ ਰਿਹਾ ਤੇ ਮੈਨੂੰ ਉਹਦਾ ਬਹੁਤ ਜ਼ਿਆਦਾ ਅਫਸੋਸ ਤੇ ਦੁੱਖ ਹੋਇਆ ਕਿ ਉਸ ਆਦਮੀ ਨੂੰ, ਜਿਸ ਆਦਮੀ ਨੂੰ ਹਮੇਸ਼ਾ ਕਾਂਗਰਸ ਨੇ ਅਹੁਦੇ ਬਖਸ਼ੇ, ਹਮੇਸ਼ਾ ਆਨਰ ਕੀਤਾ। ਬੇਸ਼ੱਕ ਟਾਈਮ ਟੂ ਟਾਈਮ ਕੈਪਟਨ ਸਾਹਿਬ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਦੇ ਰਹੇ। ਉਹਨਾਂ ਦੀ ਲੈਂਗੁਏਜ 'ਚ ਮੈਂ ਕਹੂੰਗਾ ਕਿ ਉਹ ਜਦੋਂ ਕੋਈ ਉਹਨਾਂ ਦੇ ਨਾਲ ਨਾਰਾਜ਼ ਹੁੰਦਾ ਸੀ ਤਾਂ ਉਹਨੂੰ ਇਹ ਕਹਿ ਦਿੰਦੇ ਇਹ ਬੈਕ ਸਟੈਬਿੰਗ ਕਰ ਰਿਹਾ। ਅਤੇ ਮੈਂ ਕਹਿੰਦਾ ਕਿ ਜੇ ਸਭ ਤੋਂ ਵੱਡੀ ਕੀਤੀ ਕਾਂਗਰਸ ਦੇ ਵਿੱਚ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਨਾਲ, ਉਸ ਪਰਿਵਾਰ ਦੇ ਨਾਲ ਜਿਸ ਪਰਿਵਾਰ ਨੇ 1980 ਦੇ ਵਿੱਚ, 1980 'ਚ ਨਹੀਂ, ਮੇਰੇ ਖਿਆਲ ਕਿ 1977 ਦੇ ਵਿੱਚ ਮੇਰੇ ਫਾਦਰ ਗਿਆਨੀ ਜੈਲ ਸਿੰਘ ਜੀ ਦੇ ਨਾਲ ਮਿਨਿਸਟਰ ਹੁੰਦੇ ਸੀ, ਉਸ ਵੇਲੇ ਇਹਨਾਂ ਨੂੰ ਕਾਂਗਰਸ ਜੁਆਇਨ ਕਰਾ ਕੇ 78 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਅਤੇ ਉੱਥੋਂ ਇਲੈਕਸ਼ਨ ਲੜਾਈ ਗਈ। ਉਹਦੇ ਬਾਅਦ 80 ਦੇ ਵਿੱਚ, 80 ਦੇ ਵਿੱਚ ਇਹਨਾਂ ਨੂੰ MP ਬਣਾਇਆ ਗਿਆ। ਅਤੇ ਕੈਪਟਨ ਸਾਹਿਬ ਨੂੰ ਯਾਦ ਹੋਏਗਾ ਕਿ ਸੰਜੇ ਗਾਂਧੀ ਪੰਜਾਬ ਦਾ ਚੀਫ ਮਿਨਿਸਟਰ ਬਣਾਉਣ ਲਈ ਵੀ ਇਹਨਾਂ ਨੂੰ ਜ਼ੋਰ ਲਾਉਂਦੇ ਰਹੇ। ਮੈਂ ਇਸ ਕਰਕੇ ਦੱਸਿਆ ਕਿ ਉਹਨਾਂ ਦੀ ਏਜ ਦੇ ਮੁਤਾਬਕ ਮੇਰਾ ਖਿਆਲ ਉਹਨਾਂ ਦੀ ਥੋੜ੍ਹੀ ਜਿਹੀ ਯਾਦਾਸ਼ਤ, ਜਿਹੜੀ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਉਸ ਵੇਲੇ ਦਰਬਾਰਾ ਸਿੰਘ ਜੀ ਦੇ ਅਗੇਂਸਟ ਉਹ ਇਹਨਾਂ ਨੂੰ ਬਣਾਉਣਾ ਵੀ ਚਾਹੁੰਦੇ ਸੀ। 84 ਦੇ ਵਿੱਚ ਆ ਕੇ ਬੇਸ਼ੱਕ ਇਹ ਕਹਿੰਦੇ ਨੇ ਕਿ ਮੈਂ ਸਿੱਖ ਜਿਹੜੀ ਸੈਂਟੀਮੈਂਟਸ, ਮੈਂ ਕਦਰ ਕਰਦਾ ਕਿ ਉਹ ਚੀਜ਼ ਵੀ ਹੋਈ ਹੋਏਗੀ, ਪਰ ਇਹਨਾਂ ਨੇ ਹਮੇਸ਼ਾ ਆਪਣਾ ਪੋਲੀਟੀਕਲ ਜਿਹੜਾ ਸੀ ਐਂਗਲ ਉਹਨੂੰ ਲੈ ਕੇ ਚੱਲਦੇ ਸੀ। ਉਹਦੇ ਬਾਅਦ 84 ਤੋਂ ਲੈ ਕੇ ਅਤੇ 94 ਤੱਕ ਇਹ ਐਕਸਟ੍ਰੀਮਿਸਟਾਂ ਦੇ ਨਾਲ ਵੇਟ 'ਚ ਮਿਲਦੇ ਰਹੇ, ਦਰਿਆਵਾਂ 'ਚ ਮਿਲਦੇ ਰਹੇ, ਆਪ ਵੀ ਮੰਨਦੇ ਰਹੇ ਨੇ। 97 ਦੇ ਵਿੱਚ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹਨਾਂ ਨੂੰ ਟਿਕਟ ਤੋਂ ਬਿਲਕੁਲ ਇਨਕਾਰ ਕਰ ਦਿੱਤਾ, ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਕਿਤੋਂ ਵੀ ਟਿਕਟ ਨਹੀਂ ਦੇਣੀ। ਅਤੇ ਮੇਰਾ ਖਿਆਲ ਕਿ ਉਹਦੇ ਤੋਂ ਵੱਧ ਕੀਤੇ ਵੀ ਇਹਨਾਂ ਦੀ ਹਿਊਮੀਲੇਸ਼ਨ ਨਹੀਂ ਹੋਈ। ਸਭ ਤੋਂ ਵੱਧ ਹਿਊਮੀਲੇਟ ਜੇਕਰ ਸਰਦਾਰ ਕੈਪਟਨ ਅਮਰਿੰਦਰ ਸਿੰਘ ਹੋਏ ਤਾਂ ਉਸ ਵੇਲੇ ਜਿਸ ਵੇਲੇ ਬਾਦਲਾਂ ਨੇ ਇਹਨਾਂ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਅਤੇ ਬਦਕਿਸਮਤੀ ਦੇ ਨਾਲ ਉਸ ਵੇਲੇ ਮਿਸੀ ਪੱਠਲ ਨੇ ਇਹਨਾਂ ਨੂੰ ਕਾਂਗਰਸ 98 ਦੇ ਵਿੱਚ ਜੁਆਇਨ ਕਰਾ ਲਈ। ਅਤੇ ਮੇਰੇ ਖਿਆਲ ਜੇ ਕਿਤੇ ਉਸ ਵੇਲੇ ਕਾਂਗਰਸ ਕੈਪਟਨ ਸਾਹਿਬ ਦੀ ਬਾਂਹ ਨਾ ਫੜਦੀ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ 9.5 ਸਾਲ ਚੀਫ ਮਿਨਿਸਟਰ ਕਦੀ ਨਾ ਬਣਦੇ। ਇਹ ਬੜੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਮਿਸੀ ਪੱਠਲ ਨੇ ਇੱਕ ਬੜੇ ਵਧੀਆ ਖਾਨਦਾਨ 'ਚੋਂ, ਕਾਂਗਰਸੀ ਪਰਿਵਾਰ 'ਚੋਂ ਇਹੋ ਜਿਹਾ ਬੰਦਾ ਸਾਨੂੰ ਕਾਂਗਰਸ 'ਚ ਦਿੱਤਾ ਜਿਹੜਾ ਅੱਜ ਕਾਂਗਰਸ ਨੂੰ ਕਹਿੰਦਾ ਕਿ ਸਭ ਤੋਂ ਗੰਦੀ ਜਮਾਤ ਹੈ।